तरन तारण तो पेट्रोल पंप ते लुट दी घटना सामने आई। पंप लुटन आए हथियारबंद लुटेरिया दे नाल एक सरदार जी कल्ले ही पिड़ गए। सीसीटीवी वेख के तुहाडे भी होश उड़ जाणगे। आओ तुहाडे नाल भी सांझी करदे हाँ तरन तारण पेट्रोल पंप की वो सीसीटीवी फुटेज। तरन तारण तो पेट्रोल पंप ते लुट की घटना सामने आई। पंप लुटन आए हथियारबंद लुटेरिया दे नाल एक सरदार जी कल्ले ही पिड़ गए। सीसीटीवी वेख के तुहाडे भी होश उड़ जाणगे। आओ तुहाडे नाल भी सांझी करदे हाँ तरन तारण पेट्रोल पंप की वो सीसीटीवी फुटेज। ਰੂਟੀਨ ਵਾਈ ਤੇਲ ਪਾ ਰਿਹਾ ਸੀ ਅਤੇ ਅਚਨਚੇਤ ਹੀ ਉਹ ਆਏ ਤਿੰਨ ਜਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਤੇ ਉਹਨਾਂ ਨੇ ਮੈਨੂੰ ਪਿਸਟਲ ਆ ਕੇ ਕੱਢ ਕੇ ਵਿਖਾਇਆ। ਮੈਂ ਉਹਨਾਂ ਦਾ ਪੂਰਾ ਮੁਕਾਬਲਾ ਕੀਤਾ ਪਰ ਫਿਰ ਵੀ ਉਹਨਾਂ ਨੇ ਇੱਕ ਗੋਲੀ ਚਲਾਈ ਮੇਰੀ ਜੋ ਉਹਨਾਂ ਨੇ ਮੈਨੂੰ ਜ਼ਖਮੀ ਕਰਨਾ ਚਾਹਿਆ ਪਰ ਮੈਂ ਆਪਣਾ ਬਚਾਅ ਕਰਦੇ ਹੋਏ ਅਤੇ ਉਹਦੇ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਪੈਸੇ ਜਿਹੜੇ ਆ ਉਹ ਲਏ। 13,000 ਤੋਂ ਪਲੱਸ ਰਕਮ ਸੀ ਸਾਡੀ ਸਾਡੇ ਜੀ ਇਹ ਤੋਂ ਪਹਿਲਾਂ ਮੇਰੇ ਕੋਲੋਂ ਹੀ ਖੁਦ ਤੋਂ 12 ਜੁਲਾਈ ਨੂੰ ਮਤਲਬ 21,500 ਰੁਪਈਆ ਲੈ ਕੇ ਗਿਆ ਸੀ। ਸਾਡੀ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਕਿ ਸਾਨੂੰ ਮਤਲਬ ਛੇਤੀ ਤੋਂ ਛੇਤੀ ਨਿਆਂ ਦਿੱਤਾ ਜਾਵੇ। ਸਾਡੇ ਜਿਹੜੇ ਪੈਸੇ ਲੈ ਕੇ ਜਾ ਰਹੇ ਬਾਰ ਬਾਰ ਜਾਂ ਜੋ ਵੀ ਆ ਇਹਨਾਂ ਨੂੰ ਨੱਥ ਪਾਈ ਜਾਵੇ। ਇਨਫੋਰਮੇਸ਼ਨ ਆਈ ਵੀ ਪੈਟਰੋਲ ਪੰਪ ਪਲਾਸੌਰ ਜਿਹੜੀ ਆ 3 ਨੌਜਵਾਨ ਆਏ ਆ ਉੱਥੋਂ ਕਰਿੰਦੇ ਤੋਂ ਪੈਸੇ ਖੋਹ ਕੇ ਲੈ ਗਏ ਨੇ। 13,000 ਰੁਪਈਆ ਲੈ ਗਏ ਨੇ ਉਹਦੇ ਕੋਲ ਖੋਹ ਕੇ। ਅਸੀਂ ਸੀਸੀਟੀਵੀ ਕੈਮਰੇ ਖੰਘਾ ਰਹੇ ਹਾਂ। ਬਾਕੀ ਜਿਹੜਾ ਦੋਸ਼ੀ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕੀਤੇ ਜਾਣਗੇ। ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼ ਦਾ ਅਫੀਸ਼ੀਅਲ ਯੂਟਿਊਬ ਚੈਨਲ।